ਹੈਲੋ ਹਾਂਜੀ ਹਾਂਜੀ ਸਰ ਹਾਂਜੀ ਸਰ ਜੈ ਗੁਰਦੇਵ ਸਰ ਤੁਹਾਨੂੰ ਗੁਰਦੇਵ ਜੀ ਹਾਂਜੀ ਸਰ ਤੁਹਾਨੂੰ ਇੱਕ ਗੱਲ ਪੁੱਛਣੀ ਸੀਗੀ ਜਿਹੜਾ ਦਿੱਲੀ ਚ ਆਪਣੇ ਪ੍ਰੋਟੈਸਟ ਹੋਇਆ ਨਾ ਉਹਦੇ ਵਿੱਚ ਆਪਣੇ ਲੋਕੀ ਦਾ ਕਾਫੀ ਲੱਖਾਂ ਦੀ ਤਾਦਾਦ ਵਿੱਚ ਮੌਜੂਦ ਹੋਏ ਠੀਕ ਹੈ ਜੀ ਪ੍ਰੋਟੈਸਟ ਵੀ ਵਧੀਆ ਤਰੀਕੇ ਨਾਲ ਸਾਧੂ ਸੰਪਰਦਾਇ ਦੀ ਮੌਜੂਦਗੀ ਵਿੱਚ ਹੋਇਆ ਤੁਹਾਨੂੰ ਨਹੀਂ ਲੱਗਾ ਇੱਥੇ ਕੁਛ ਕਮੀ ਨਹੀਂ ਮਹਿਸੂਸ ਹੋਈ ਕਿ ਆਪਣਾ ਪ੍ਰੋਟੈਸਟ ਜਿਹੜਾ ਇਹ ਮਤਲਬ ਇਹਦਾ ਸਿੱਟਾ ਕੁਛ ਵੀ ਨਹੀਂ ਨਿਕਲਿਆ ਕਿ ਜਿਹੜੀਆਂ ਪਾਰਟੀਆਂ ਸੀਗੀਆਂ ਜਿੱਦਾਂ BSP ਆ ਮਾਇਆਵਤੀ ਆ ਮਾਇਆਵਤੀ ਨੇ ਵੀ ਕੋਈ ਇੰਟਰਫੇਰੈਂਸ ਕੀਤੀ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀਆਂ ਨੇ ਵੀ ਨਹੀਂ ਆਪਣਾ ਸਾਥ ਦਿੱਤਾ ਜਾਂ ਆਪਣਾ ਕੋਈ ਆਪਣੇ ਸਮਾਜ ਦਾ ਨਹੀਂ ਕੋਈ ਬੰਦਾ ਵੱਡਾ ਮਿਨਿਸਟਰ ਸੀਗਾ ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਦੇਖੋ ਇਸ ਤਰ੍ਹਾਂ ਹੈ ਜੀ ਬਈ ਪ੍ਰੋਟੈਸਟ ਹੋਇਆ ਹਾਂਜੀ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਉਹਦੇ ਵਿੱਚ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਏ ਹਾਂਜੀ ਲੇਕਿਨ ਕੁਝ ਲੋਕਾਂ ਨੇ ਸਟੇਜ ਨੂੰ ਕੈਪਚਰ ਕੀਤਾ ਤਾਂ ਹੀ ਉਸ ਪ੍ਰੋਟੈਸਟ ਨੂੰ ਨਾ ਕਾਮਯਾਬ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਲੋਕਾਂ ਨੂੰ ਭੜਕਾਇਆ ਲੋਕਾਂ ਨੂੰ ਭੜਕਾ ਕੇ ਉਹਨਾਂ ਨੂੰ ਦਿਸ਼ਾਹੀਣ ਕਰ ਦਿੱਤਾ ਉਸ ਤੋਂ ਬਾਅਦ ਵਿੱਚ ਜੋ ਹੋਇਆ ਉਹਦਾ ਰਿਜ਼ਲਟ ਸਾਡੇ ਸਾਹਮਣੇ ਆ ਬਈ 91 ਬੰਦਿਆਂ ਦੇ ਉੱਤੇ ਬਾਈ ਨੇਮ ਪਰਚਾ ਕਰਕੇ ਹੋਇਆ ਸੰਗੀਨ ਧਰਾਵਾਂ ਦੇ ਤਹਿਤ ਔਰ ਉਹਦੇ ਵਿੱਚ ਜਿਹੜਾ ਸਟੇਜ ਦੇ ਉੱਤੇ ਮਹਾਂਪੁਰਸ਼ਾਂ ਨੂੰ ਵੀ ਜਿਹੜਾ ਮਾਨ ਸਨਮਾਨ ਨਹੀਂ ਮਿਲਿਆ ਇਹ ਸਾਰੀਆਂ ਕਮੀਆਂ ਰਹੀਆਂ ਪਰ ਅਸੀਂ ਜਿਹੜਾ ਕੱਲ ਪਰਚਾ ਦਰਜ ਹੋਇਆ ਨਾ ਅਸੀਂ ਉਹਦੇ ਵਿਰੋਧ ਵਿੱਚ ਕੱਲ ਸਵੇਰੇ ਇੱਕ ਰੋਸ ਮਾਰਚ ਰੱਖਿਆ ਅੱਛਾ ਜੀ ਕੱਲ ਸਵੇਰੇ ਇੱਕ ਰੋਸ ਮਾਰਚ ਰੱਖਿਆ ਕਿੱਥੇ ਜੀ ਫਗਵਾੜੇ ਜੀ ਫਗਵਾੜੇ ਚੱਕ ਅਸੀਂ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਵਾਂਗੇ ਜੀ ਪਰ ਉਸ ਤੋਂ ਬਾਅਦ ਵਿੱਚ ਜਿਹੜੇ ਸਾਡੇ ਸਮਾਜ ਦੇ ਲੋਕ ਰਾਜ ਭਾਗ ਦਾ ਆਨੰਦ ਮਾਣ ਰਹੇ ਆ ਜੀ ਜੀ ਅਜੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਜੀ ਜੀ ਕਿਉਂਕਿ ਸਾਡੀ ਮੇਨ ਲੜਾਈ ਤਾਂ ਉਹਦੇ ਵਿੱਚ ਉਹਦੇ ਨਾਲ ਹੀ ਆ ਜੀ 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 ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਜੀ ਤੇ ਤੁਹਾਨੂੰ ਨੀ ਲੱਗਦਾ ਕਿ ਏਦਾਂ ਆਪਣਾ ਜਿਹੜਾ ਸਮਾਜ ਸੀ ਉੱਥੇ ਤੁਹਾਨੂੰ ਪਟਿਆ ਪਟਿਆ ਜਿਹਾ ਮਹਿਸੂਸ ਹੋਇਆ ਕਿ ਪਾਰਟੀਬਾਜ਼ੀ ਬਹੁਤ ਸੀਗੀ ਜ਼ਿਆਦਾ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਕੁਛ ਲੋਕਾਂ ਨੇ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਸੋ ਮਾੜੀ ਗੱਲ ਹੈ ਹਾਂਜੀ ਗੁਰੂ ਘਰ ਨੂੰ ਪਹਿਲ ਦੇਣੀ ਚਾਹੀਦੀ ਸੀ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਬਿਲਕੁਲ ਮਾੜੀ ਗੱਲ ਹੋਈ ਹੈ ਹਾਂਜੀ ਠੀਕ ਹੈ ਸਮਾਜ ਇਕਜੁੱਟ ਕਿੱਦਾਂ ਹੋਏਗਾ ਇੱਕ ਪਾਸੇ ਆਪਾਂ ਲੋਕਾਂ ਨੂੰ ਇਹ ਮੈਸੇਜ ਦੇ ਕੇ ਵੀ ਗੁਰੂ ਸਾਹਿਬ ਦੇ ਗੁਰੂ ਘਰ ਵਾਸਤੇ ਆਪਾਂ ਇਕੱਠੇ ਹੋਣਾ ਇਹਦੇ ਵਿੱਚ ਕੋਈ ਪਾਰਟੀ ਨਹੀਂ ਜੀ ਜੀ ਜਦੋਂ ਇਕੱਠੇ ਹੋ ਜਾਂਦੇ ਸੀ ਆਪਾਂ ਪਾਰਟੀਬਾਜ਼ੀ ਦੀ ਗੱਲ ਕਰਦੇ ਹਾਂ ਜੀ ਜੀ ਮਾੜੀ ਗੱਲ ਹੈ ਜੀ ਤੇ ਜਿਹੜਾ ਆਪਣਾ ਗੱਲ ਇੱਕ ਕੇਜਰੀਵਾਲ ਜੀ ਦਾ ਵੀ ਬਿਆਨ ਆਇਆ ਨਾ ਕਿ ਅਸੀਂ ਆਪਾਂ ਉਹ ਤੁਹਾਨੂੰ ਉੱਥੇ ਮੰਦਰ ਬਣਾ ਕੇ ਦੇਵਾਂਗੇ ਇਹ ਬਿਆਨ ਪ੍ਰੋਟੈਸਟ ਤੋਂ ਬਾਅਦ ਹੀ ਕਿਉਂ ਆਇਆ ਪ੍ਰੋਟੈਸਟ ਤੋਂ ਪਹਿਲਾਂ ਕਿਉਂ ਨਹੀਂ ਆਇਆ ਤੇ ਇਹਦੇ ਵਿੱਚ ਉਹਨਾਂ ਨੇ ਤੁਹਾਨੂੰ ਇੱਦਾਂ ਨਹੀਂ ਲੱਗਾ ਕਿ ਇਹਨਾਂ ਨੇ ਆਪਣਾ ਢੋਲ ਕਿਸੇ ਹੋਰ ਦੇ ਗਲੇ ਪਾਤਾ ਕਿ ਉਹ ਜ਼ਮੀਨ ਦੇਣਗੇ ਤਾਂ ਹੀ ਅਸੀਂ ਆਪਾਂ ਬਣਾਵਾਂਗੇ ਮੰਦਰ ਨਹੀਂ ਜੀ ਉਹ ਅਸਲ ਦੇ ਵਿੱਚ DDA ਜਿਹੜਾ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ ਓਕੇ ਜੀ ਉਹ ਸਟੇਟ ਗਵਰਨਮੈਂਟ ਦੇ ਅਧੀਨ ਨਹੀਂ ਹੈਗਾ ਦਿੱਲੀ ਸਰਕਾਰ ਨਹੀਂ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਉਹਦੇ ਅਧੀਨ ਹੈ DDA DDA ਨੇ ਜ਼ਮੀਨ ਨਹੀਂ ਦੇਣੀ ਉਹ ਕੇਂਦਰ ਦਾ ਫੈਸਲਾ ਹੋ ਸਕਦਾ ਅੱਛਾ ਜੀ ਜ਼ਮੀਨ ਕੇਂਦਰ ਦੇ ਅਧੀਨ ਆ ਕੇਂਦਰ ਅਗਰ ਜ਼ਮੀਨ ਛੱਡਦਾ ਆ ਤਦ ਕੋਈ ਗੱਲ ਬਣਨੀ ਆ ਸਟੇਟ ਦਾ ਉਹਦੇ ਵਿੱਚ ਕੋਈ ਰੌਲਾ ਨਹੀਂ ਜੀ ਜੀ ਠੀਕ ਆ ਅਸੀਂ ਇਸ ਸੰਬੰਧੀ 13 ਤਰੀਕ ਨੂੰ ਜਦੋਂ ਪੰਜਾਬ ਬੰਦ ਸੀ ਤਾਂ ਅਸੀਂ ਕੇਂਦਰ ਦੇ ਅਰਬਨ ਡਿਵੈਲਪਮੈਂਟ ਮਹਿਕਮਾ ਜਿਹਨਾਂ ਦੇ ਕੋਲ ਕੈਬਨਿਟ ਮਿਨਿਸਟਰ ਨੇ ਹਰਦੀਪ ਸਿੰਘ ਪੁਰੀ ਜੀ ਜੀ ਉਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ ਅਸੀਂ ਉਹਨਾਂ ਦੇ ਕੋਲ ਇੱਕ ਵਫਦ ਦੇ ਤੌਰ ਤੇ ਗਏ ਸੀ ਜੀ ਔਰ ਉਹਨਾਂ ਨੂੰ ਇਹ ਗੱਲ ਡਿਮਾਂਡ ਕੀਤੀ ਸੀ ਵੀ ਤੁਸੀਂ ਇਸ ਜ਼ਮੀਨ ਨੂੰ ਜਲਦ ਤੋਂ ਜਲਦ ਗੁਰੂ ਰਵਿਦਾਸ ਜੀ ਦੇ ਨਾਮ ਤੇ ਵਾਪਸ ਕਰੋ ਜੀ ਇਹ ਕੇਂਦਰ ਦਾ ਮਹਿਕਮਾ ਆ ਠੀਕ ਹੈ ਜਿਹੜੀ ਕੇਜਰੀਵਾਲ ਦੀ ਗੱਲ ਹੈਗੀ ਆ
ਕੇਜਰੀਵਾਲ ਦੀ ਸਟੇਟਮੈਂਟ ਜਿਹੜੀ ਕੱਲ ਆਈ ਆ, ਉਹਨਾਂ ਨੇ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜੀ ਜੀ, ਬਈ ਜੇ ਸਰਕਾਰ ਜ਼ਮੀਨ ਦੇਂਦੀ ਆ ਜੀ ਤਾਂ ਉਹਦੇ ਉੱਤੇ ਅਸੀਂ ਮੰਦਰ ਦੇ ਵਾਸਤੇ ਜੋ ਵੀ ਖਰਚਾ ਹੈਗਾ ਅਸੀਂ ਕਰਾਂਗੇ, ਬਹੁਤ ਸੋਹਣਾ ਮੰਦਰ ਬਣਾਵਾਂਗੇ ਜੀ ਜੀ, ਉਹ ਉਹਨਾਂ ਦੀ ਵਿਧਾਨ ਸਭਾ ਦਾ ਫੈਸਲਾ ਆ ਜੀ। ਠੀਕ ਹੈ, ਦੂਸਰੀ ਗੱਲ ਬਈ ਜਿਹੜਾ ਕੇਜਰੀਵਾਲ ਦਾ ਸੰਦੇਸ਼ ਆ ਹਾਂਜੀ, ਉਹ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਮੈਂ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਹੈਗਾ ਜੀ, ਨਾ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਤੇ ਨਾ ਮੈਂ ਆਮ ਆਦਮੀ ਪਾਰਟੀ ਜਾਣ ਦਾ ਕੋਈ ਮਾਨ ਆ ਜੀ ਜੀ, ਮਤਲਬ ਇਸ ਗੱਲ ਨੂੰ ਇਸ ਪਾਸੇ ਨੂੰ ਨਾ ਲਿਓ, ਲੇਕਿਨ ਜੋ ਸਹੀ ਆ ਉਹ ਸਹੀ ਆ ਜੀ ਜੀ। ਸਹੀ ਗੱਲ ਇਹ ਆ ਬਈ ਉਸ ਵੇਲੇ ਮੰਚ ਦੇ ਉੱਤੇ ਐਮ ਐਲ ਏ ਅਜੇ ਦੱਤ, ਮਤਲਬ ਨਾਮ ਵੀ ਦੱਸ ਰਿਹਾ, ਅਜੇ ਦੱਤ ਐਮ ਐਲ ਏ ਕੇਜਰੀਵਾਲ ਦੀ ਪਾਰਟੀ ਦਾ ਉੱਥੇ ਮੰਚ ਤੇ ਆਇਆ ਪ੍ਰੋਟੈਸਟ ਵਾਲੇ ਦਿਨ ਜੀ, ਔਰ ਉਸ ਵੇਲੇ ਉਹ ਸਰਕਾਰ ਦਾ ਲੈਟਰ ਲੈ ਕੇ ਆਇਆ ਸੀ ਜੀ। ਉਹ ਇੱਕ ਘੰਟਾ ਮੰਚ ਦੇ ਉੱਤੇ ਖੜਾ ਰਿਹਾ, ਉਹਨੂੰ ਨਾ ਬੋਲਣ ਦਾ ਟਾਈਮ ਦਿੱਤਾ ਗਿਆ, ਉਹ ਕਹਿੰਦਾ ਸੀ ਮੈਂ ਭਾਸ਼ਣ ਦੇਣ ਨਹੀਂ ਆਇਆ, ਮੈਂ ਸੀਐਮ ਦਾ ਸੰਦੇਸ਼ ਲੈ ਕੇ ਆਇਆ। ਓਕੇ ਜੀ, ਉਹਨੂੰ ਬੋਲਣ ਨਹੀਂ ਦਿੱਤਾ ਗਿਆ, ਉਹਨੂੰ ਧੱਕੇ ਮਾਰੇ ਗਏ ਤੇ ਸਟੇਜ ਤੋਂ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਲਗਾਏ ਗਏ, ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਓਕੇ ਓਕੇ, ਠੀਕ ਹੈ ਜੀ, ਠੀਕ ਹੈ। ਇੱਕ ਘੰਟਾ ਉਹ ਸਟੇਜ ਤੇ ਖੜਾ ਰਿਹਾ, ਉਹਨੂੰ ਧੱਕੇ ਮਾਰੇ ਗਿਆ ਜੀ ਜੀ, ਅਸੀਂ ਓਕੇ ਸੀ। ਤੋ ਇਹ ਗੱਲਾਂ ਜਿਹੜੀਆਂ ਸਟੇਜ ਤੇ ਹੋਈਆਂ, ਤੋ ਇਸ ਕਰਕੇ ਜਿੱਥੇ ਗਲਤ ਹੈ ਆਪਾਂ ਉੱਥੇ ਗਲਤ ਹੈ, ਬਿਲਕੁਲ ਬਿਲਕੁਲ, ਜਿੱਥੇ ਕੋਈ ਸਹੀ ਕਰ ਰਿਹਾ ਉੱਥੇ ਸਾਨੂੰ ਸਹੀ ਹੀ ਕਹਿਣਾ ਪਊਗਾ। ਸਟੇਟ ਗੌਰਮੈਂਟ ਪੰਜਾਬ ਚ ਕਾਂਗਰਸ ਦੀ ਆ ਜੀ ਜੀ ਜੀ, ਕੈਪਟਨ ਅਮਰਿੰਦਰ ਨੇ ਕਿਹਾ ਵੀ ਅਸੀਂ ਜਗ੍ਹਾ ਦੀ ਕੀਮਤ ਦੇਣ ਨੂੰ ਵੀ ਤਿਆਰ ਆ ਜੀ, ਤੇ ਉੱਥੇ ਮੰਦਰ ਦੇ ਉੱਤੇ ਪੈਸਾ ਖਰਚਣ ਨੂੰ ਵੀ ਤਿਆਰ ਆ, ਸਾਨੂੰ ਸਹੀ ਲੱਗਾ। ਠੀਕ ਆ, ਸਰਕਾਰ ਨੇ ਕਿਹਾ ਲੇਕਿਨ ਉਹਦੇ ਅੰਡਰ ਨੀ, ਉਹਨਾਂ ਨੇ ਕਿਹਾ ਚਾਹੇ ਉਹਨਾਂ ਦਾ ਹੋਰ ਪੋਲੀਟੀਕਲ ਸਟੇਟਮੈਂਟ ਆ, ਚਾਹੇ ਉਹ ਜਿੱਦਾਂ ਮਰਜ਼ੀ ਆ, ਲੇਕਿਨ ਉਹਨੇ ਗੱਲ ਕਹਿਤੀ ਵੀ ਅਸੀਂ ਉਸ ਜਗ੍ਹਾ ਦੀ ਕੀਮਤ ਦੇਣ ਨੂੰ ਵੀ ਤਿਆਰ ਆ ਜੀ ਜੀ। ਇੱਦਾਂ ਹੀ ਦਿੱਲੀ ਸਰਕਾਰ ਨੇ ਇਹ ਗੱਲ ਕਹਿਤੀ, ਜਿਹੜੀ ਕੇਜਰੀਵਾਲ ਦੀ ਸਰਕਾਰ ਆ, ਉਹ ਕਹਿੰਦੇ ਜੇ ਤੁਸੀਂ 5 ਖੇਤ ਛੱਡਦੇ ਆ ਜੀ, ਅਸੀਂ 100 ਖੇਤ ਦੇਣ ਨੂੰ ਤਿਆਰ ਆ, ਤੁਸੀਂ 5 ਖੇਤਾਂ ਦਾ ਜੰਗਲ ਜਿਹੜਾ ਹੈਗਾ ਜੀ ਜੀ, ਉੱਥੇ ਜੰਗਲ ਜੇ 5 ਖੇਤਾਂ ਦਾ ਤੁਸੀਂ ਬਣਾਉਂਦੇ, ਅਸੀਂ 100 ਖੇਤ ਜੰਗਲ ਬਣਾ ਕੇ ਤੁਹਾਨੂੰ ਦੇਣ ਨੂੰ ਤਿਆਰ ਆ ਇਹਦੇ ਬਦਲੇ ਜੀ ਜੀ। ਬੜਾ ਵੱਡਾ ਉਪਰਾਲਾ ਮਤਲਬ ਕਰ ਰਹੀ ਹੈ ਆਪ ਪਾਰਟੀ। ਨਹੀਂ, ਮੈਂ ਉਪਰਾਲੇ ਦੀ ਦੇਖੋ ਜੋ ਉਹਨਾਂ ਦੀ ਸਟੇਟਮੈਂਟ ਹੈ ਮੈਂ ਉਹਨੂੰ ਸਹੀ ਮੰਨਦਾ, ਇਹ ਗੱਲ ਸਹੀ ਹੈ, ਉਹਨਾਂ ਨੇ ਗੱਲ ਕਹੀ ਆ ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ, ਚਾਹੇ ਪਾਰਟੀ ਜਿਹੜੀ ਮਰਜ਼ੀ। ਲੇਕਿਨ ਦੂਜੇ ਪਾਸੇ ਬਿਆਨ ਆਇਆ ਮਤਲਬ ਭੈਣ ਜੀ ਦਾ ਵੀ, ਉਹਨਾਂ ਨੇ ਕਿਹਾ ਵੀ ਅਸੀਂ ਇੱਦਾਂ ਦੇ ਭੰਨ ਤੋੜ ਜਾਂ ਇੱਦਾਂ ਦੇ ਵਿਰੋਧ ਕਰਦੇ ਹਾਂ, ਸਾਡੇ ਪਾਰਟੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਨਹੀਂ, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਲੋਕਾਂ ਨੇ ਭੰਨ ਤੋੜ ਕੀਤੀ ਆ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ, ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰ। ਮੈਂ ਇਹ ਕਿਹਾ ਵੀ ਗੁਰੂ ਰਵਿਦਾਸ ਮੰਦਰ ਨੂੰ ਬਣਾਉਣ ਲਈ ਅਸੀਂ ਅੰਦੋਲਨ ਕਰਾਂਗੇ ਜੀ। ਮੁੱਖ ਦੀ ਗੱਲ ਇਹ ਆ ਕਿ ਆਪਾਂ ਨੇ ਆਪਣੇ ਲੋਕਾਂ ਨੂੰ ਕਾਫੀ ਗੁੰਮਰਾਹ ਕੀਤਾ ਜਾ ਰਿਹਾ, ਜੇ ਮਜ਼ਾ ਤਾਂ ਹੀ ਹੈ ਜੇ ਆਪਾਂ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਪਵੇ ਤਾਂ ਹੀ ਲੋਕਾਂ ਤੱਕ ਜਾ ਸਕਦੀ ਆ। ਤੁਸੀਂ ਆਪਣਾ ਇੰਨਾ ਟਾਈਮ ਕੱਢ ਕੇ ਸਾਡੇ ਨਾਲ ਗੱਲ ਕੀਤੀ, ਧੰਨਵਾਦ, ਮਿਹਰਬਾਨੀ।